ਅਸਲਾਮ ਵਾਲੇਕੁਮ ਸੰਗਤ, ਕਿਆ ਲੇਠੀ ਕੁਖਰੀਆ ਤੇ ਈ ਵੀਡੀਓ ਸਾਊਦੀ ਅਰਬ ਜਾਂ ਕੁਝ ਖਬਰਾਂ ਫੁਰਨ ਸ਼ੇਅਰ ਕਰਨ ਆਵਾਂ। ਪਹਿਲੀ ਖਬਰ, ਮਕਾ ਮੁਕਰਮਾ ਦੇ ਇਲਾਕੇ ਸ਼ਰਾਏ ਕੋਲੋਂ ਏ ਇੱਥਾਂ ਇੱਕ ਇੰਜਾ ਅਫਰਾਦ ਪਕੜੇ ਨੇ ਜਿਹੜਾ ਰਾਤ ਦੇ ਟਾਈਮ ਆਪਣੇ 5 ਸਾਲਾ ਬਾਲ ਕੋਲੋਂ ਪਿਨਵੈਂਦਾ ਗਦਾਗਰੀ ਕਰਵੈਂਦਾ, ਇੱਕ ਰਾਤ ਦੇ ਟਾਈਮ ਸੜਕਾਂ ਵਾਲੇ ਇਸ਼ਾਰੇ ਦੇ ਉੱਤੇ ਵੀ ਲਾ ਦਿੰਦਾ, ਜਿਹੜੀ ਤਾਂ ਗਾਡੀਆਂ ਰੁਕ ਸਨ ਅਤੇ ਇਹ ਪਿਨਣ ਸ਼ੁਰੂ ਕਰਦੇ ਸੀ। ਪੁਲਿਸ ਕੋ ਕਹੀਂ ਇਤਲਾਹ ਦਿੱਤੀ ਏ ਅਤੇ ਪੁਲਿਸ ਮੌਕੇ 'ਤੇ ਪਹੁੰਚ ਅਤੇ ਇੱਕ ਪਕੜੇ ਸੀ। ਇਹ ਅਫਰਾਦ ਦੇ ਬਾਰੇ ਇਹ ਕਹਿਣ ਨੇ ਦਿਖਾਇਆ ਜੋ ਕੌਣ ਹੈ, ਸਾਊਦੀ ਸ਼ਹਿਰੀ ਏ ਜਾਂ ਗੈਰ ਮੁਲਕੀ ਏ। ਸਾਊਦੀ ਅਰਬ ਵਿੱਚ ਪਿੰਨਣ ਜੁਰਮ ਏ ਅਤੇ ਪਿਨਵਾਉਣ ਮਜ਼ੀਦ ਇਹਦੇ ਕੋਲੋਂ ਜ਼ਿਆਦਾ ਸਖਤ ਜੁਰਮ ਏ। ਅਗਰ ਕੋਈ ਗੈਰ ਮੁਲਕੀ ਪਿਨਵੈਂਦੇ ਹੋਏ ਕਾਈ ਕੂੰ ਪਕੜਿਆ ਵਿੰਜੇ ਜਾਂ ਖੁਦ ਪੀਂਦੇ ਹੋਏ ਪਕੜਿਆ ਵਿੰਜੇ ਤਾਂ ਇਹ ਕੋਈ ਸਾਊਦੀ ਅਰਬ ਤੋਂ ਡੀਪੋਰਟ ਹੀ ਕਰੇ ਦੇਣ, ਦੁਬਾਰਾ ਤਾਹੀਆਤ ਇਹ ਵਾਪਸ ਸਾਊਦੀ ਅਰਬ ਹੀ ਨਹੀਂ ਆ ਸਕਦਾ। ਵੀ ਖਬਰ ਮਸ਼ਰਕੀ ਰੇਜਾਨ ਕੋਲ, ਮਸ਼ਰਕੀ ਰੇਜਾਨ ਨੇ ਇੱਕ ਸਾਊਦੀ ਸ਼ਹਿਰੀ ਬੇ ਸਾਊਦੀ ਸ਼ਹਿਰੀ ਕੋਲ ਸਿਰ ਦੇ ਉੱਤੇ ਵਾਰ ਕਰਤੇ ਕਤਲ ਕਰ ਦਿੱਤੇ, ਵਲਾ ਇਹਦੀ ਲਾਸ਼ ਛੁਪਾਉਣ ਕੀਤੇ ਗਾਡੀਏ ਸੱਟ ਅਤੇ ਗਾਡੀ ਕੋ ਭਾ ਲਾ ਦਿੱਤੀ ਸੀ। ਪੁਲਿਸ ਇਹ ਸਾਊਦੀ ਸ਼ਹਿਰੀ ਕੋਲ ਸ਼ੱਕ ਦੀ ਬੁਨਿਆਦ ਦੇ ਉੱਤੇ ਪਕੜਿਆ ਅਤੇ ਇਹ ਜੁਰਮ ਉਹਦੇ ਉੱਤੇ ਸਾਬਿਤ ਹੀ ਗਿਆ। ਬਿਲੀ ਦੂਜੇ ਸਾਊਦੀ ਕੋ ਸਿਰ 'ਤੇ ਸੱਟ ਮਾਰ ਅਤੇ ਉਹਦੀ ਲਾਸ਼ ਵਾਲਾ ਗਾਡੀ ਰੱਖ ਕੇ ਸਾੜ ਦਿੱਤੀ ਸੀ ਅਤੇ ਅਦਾਲਤ ਇੱਕੋ ਸਜ਼ਾ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਕੱਲ੍ਹ ਇੱਕੋ ਅਦਾਲਤ ਦੇ ਹੁਕਮ ਦੇ ਉੱਤੇ ਮਸ਼ਰਕੀ ਰੇਜਾਂ ਨੇ ਸਜ਼ਾ ਮੌਤ ਦੇ ਦਿੱਤੀ ਨੇ। ਵੀ ਖਬਰ, ਸਾਊਦੀ ਅਰਬ ਵਿੱਚ ਗੈਰ ਮੁਲਕੀ ਸਿਆਹਾਂ ਦੀ ਤਾਦਾਦ ਵਿੱਚ ਗੈਰ ਮਾਮੂਲੀ ਇਜ਼ਾਫੇ ਦੇ ਬਾਅਦ ਆਲਮੀ ਸਤਾ ਦੇ ਉੱਤੇ ਸਾਊਦੀ ਅਰਬ ਤੀਜੇ ਨੰਬਰ 'ਤੇ ਆ ਗਏ। ਇਹ ਦੁਨੀਆ ਦਾ ਇਹ ਜਿਹਾ ਮੁਲਕ ਹੈ ਜਿੱਥਾਂ ਸਿਆਹ ਤੀਜੇ ਨੰਬਰ 'ਤੇ ਮੈਨ ਆਵਣ ਕੀਤੇ, ਯਾਨੀ ਗੈਰ ਮੁਲਕੀ ਵਿਜ਼ਿਟ ਵੀਜ਼ੇ ਦੇ ਉੱਤੇ ਇੱਥਾਂ ਆਉਂਦੇ ਵੇਣ ਟੁਰਨ ਫਿਰਨ ਕੀਤੇ ਤੀਜੇ ਨੰਬਰ 'ਤੇ ਵੇ ਸਾਊਦੀ ਅਰਬ। ਇਨ ਟਾਈਮ 2019 ਕੋਲੋਂ ਗਿਣਤੇ 2023 ਤੱਕ ਆਲਮੀ ਮੁਕਾਬਲੇ ਵਿੱਚ ਸਾਊਦੀ ਅਰਬ ਸਿਆਹਾਂ ਦੇ ਹਵਾਲੇ ਨਾਲ 12ਵੇਂ ਨੰਬਰ 'ਤੇ ਆ ਅਤੇ ਹੁਣ ਤੀਜੇ ਨੰਬਰ 'ਤੇ ਆ ਚੁੱਕਾ ਹੈ। ਵੀ ਖਬਰ ਪਕੜ ਦੇ ਹਵਾਲੇ ਨਾਲ, ਪਿਛਲੇ ਇੱਕ ਹਫ਼ਤੇ ਦੇ ਦੌਰਾਨ ਸਾਊਦੀ ਅਰਬ ਦੇ ਮੁਖਤਲਿਫ ਇਲਾਕਿਆਂ ਤੋਂ 18,499 ਗੈਰ ਮੁਲਕੀ ਪਕੜੇ ਨੇ। 28 ਨਵੰਬਰ ਨੇ ਗਿਣਤੇ, 4 ਦਸੰਬਰ 2024 ਤੱਕ 10,824 ਇੰਝੇ ਗੈਰ ਮੁਲਕੀ ਪਕੜੇ ਨੇ ਜਿਹੜੇ ਇਕਾਮਾ ਕਾਨੂੰਨ ਦੀ ਖਿਲਾਫ ਵਰਜੀ ਕੀਤੀ ਖੜੇ ਹਨ। ਇਹ ਉਹ ਗੈਰ ਮੁਲਕੀ ਹੁੰਦੇ ਹਨ ਜਿਹਦੇ ਕੋਲ ਮੁੰਡੋ ਇਕਾਮਾ ਕਹਿ ਨਹੀਂ ਹੁੰਦਾ ਜਾਂ ਇਕਾਮੇ ਦੇ ਉੱਤੇ ਹਰੂਬ ਹੁੰਦਾ ਹੈ। 4,638 ਇੰਝੇ ਗੈਰ ਮੁਲਕੀ ਪਕੜੇ ਨੇ ਜਿਹੜੇ ਸਰਹੱਦੀ ਕਾਨੂੰਨ ਦੀ ਖਿਲਾਫ ਵਰਜੀ ਕੀਤੀ ਖੜੇ ਹਨ। ਇਹ ਗੈਰ ਮੁਲਕੀ ਸਰਹੱਦ ਦੇ ਜ਼ਰੀਏ ਗੈਰ ਕਾਨੂੰਨੀ ਤਰੀਕੇ ਨਾਲ ਸਾਊਦੀ ਅਰਬ ਵਿੱਚ ਪੇ ਆਏ ਹਨ। 3,027 ਇੰਝੇ ਗੈਰ ਮੁਲਕੀ ਪਕੜੇ ਨੇ ਜਿਹੜੇ ਲੇਬਰ ਕਾਨੂੰਨ ਦੀ ਖਿਲਾਫ ਵਰਜੀ ਕੀਤੀ ਖੜੇ ਹਨ। ਇਹ ਉਹ ਗੈਰ ਮੁਲਕੀ ਹੁੰਦੇ ਹਨ ਜਿਹੜੇ ਆਪਣੇ ਕਫੀਲ ਨੇ ਇਲਾਵਾ ਬਾਹਰ ਆਜ਼ਾਦ ਕੰਮ ਕਰਨ ਦੇ ਪਕੜੇ ਵੇਂਦੇ ਵੇਨ। 1,125 ਇੰਝੇ ਗੈਰ ਮੁਲਕੀ ਪਕੜੇ ਨੇ ਜਿਹੜੇ ਇੱਕ ਹਫ਼ਤੇ ਦੇ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਦੇ ਜ਼ਰੀਏ ਸਾਊਦੀ ਅਰਬ ਵਿੱਚ ਦਾਖਲ ਥੀਵਣ ਦੀ ਕੋਸ਼ਿਸ਼ ਕਰਦੇ ਪਾਨ। ਇਹਨਾਂ ਦੇ ਵਿੱਚ ਜ਼ਿਆਦਾਤਰ ਯਮਾਨੀ ਅਤੇ ਅਤੋਪੀ ਹਨ। ਇੱਕ ਹਫ਼ਤੇ ਦੇ ਦੌਰਾਨ 57 ਇੰਝੇ ਅਫਰਾਦੀ ਪਕੜੇ ਨੇ ਜਿਹੜੇ ਸਾਊਦੀ ਅਰਬ ਨੂੰ ਸਰਹੱਦ ਦੇ ਜ਼ਰੀਏ ਗੈਰ ਕਾਨੂੰਨੀ ਤਰੀਕੇ ਨਾਲ ਛੋੜ ਅਤੇ ਵੇਂਦੇ ਪਾਨ ਅਤੇ ਇਹੋ ਜਿਹੇ ਅਫਰਾਦ ਦੀ ਮਦਦ ਕਰਨ ਵਾਲੇ, ਸਹੂਲਤ ਫਰਾਹਮ ਕਰਨ ਵਾਲੇ 31 ਅਫਰਾਦੀ ਪਕੜੇ ਨੇ। ਜੁਰਮ ਵਿੱਚ ਕੋਈ ਸਾਊਦੀ ਸ਼ਹਿਰੀ ਜਾਂ ਗੈਰ ਮੁਲਕੀ ਪਕੜਿਆ ਵੀ ਨੇ ਜਿਹੜਾ ਸਹੂਲਤ ਫਰਾਹਮ ਕਰਦੇ ਇਹੋ ਜਿਹੇ ਅਫਰਾਦ ਨੂੰ, ਤਾਂ ਉਹ ਕੋ 15 ਸਾਲ ਤੱਕ ਕੈਦ ਅਤੇ 10,00,000 ਰਿਆਲ ਤੱਕ ਜੁਰਮਾਨਾ ਥੀ ਸਕਦਾ ਹੈ। ਠੀਕ ਹੈ ਸੰਗਤ, ਇਸ ਸਾਊਦੀ ਅਰਬ ਦੀਆਂ ਥੋੜ੍ਹੀਆਂ ਬਹੁਤ ਖਬਰਾਂ ਜਿਹੜੇ ਤੁਹਾਨੂੰ ਸ਼ੇਅਰ ਕੀਤੇ। ਵੀ ਇਹ ਵੀਡੀਓ ਪਸੰਦ ਆਵੇ ਤਾਂ ਇੱਕ ਲਾਈਕ ਵੀ ਕਰਾਏ ਅਤੇ ਬਿਨੇ ਬਰਾਂ ਨੂੰ ਸ਼ੇਅਰ ਵੀ ਕਰਾਏ। ਅੱਲਾਹ ਹਾਫਿਜ਼।